ਫਿਰ ਉਹਨਾਂ ਨੇ ਕਹਿਣਾ ਇਹ ਪਲਾਸ ਨਾਲ ਤਾਰਾਂ ਵੀ ਠੀਕ ਕਰ ਲੈਂਦਾ। ਦੇਖ ਲਓ ਮੈਂ ਤਾਂ ਕਰਦਾ ਗਾ, ਉਹਨਾਂ ਨੂੰ ਤਕਲੀਫ ਹੋ ਜਾਣੀ। ਵੈਸੇ ਕਰ ਲੈਂਦਾ ਮੈਂ, ਕਿਉਂਕਿ ਮੇਰੇ ਬਾਪੂ ਨੇ ਇੱਕ ਵਾਰ ਨਾ ਮੁਰਗੀ ਫਾਰਮ ਬਣਾਇਆ ਸੀ ਛੋਟਾ ਜਿਹਾ, 500 ਮੁਰਗੀਆਂ ਰੱਖੀਆਂ ਸੀ। ਉਹਦੇ ਵਿੱਚ ਫਿਰ ਉਹ ਸਾਰਾ ਕੁਛ ਆਪੇ ਕਰਨਾ ਪੈਂਦਾ, ਇੱਕ ਭਖਾਰੀ ਵੀ ਆਪ ਚਲਾਉਣੀ ਪੈਂਦੀ ਹੈ ਅਤੇ ਬੱਲਬ ਵੀ ਆਪ ਠੀਕ ਕਰਨੇ ਪੈਂਦੇ। ਖੈਰ ਜ਼ਿਆਦਾ ਤਕਲੀਫ ਹੋ ਜਾਏਗੀ।